They say legends never die. Legends will never die. It's completely regardless what happens. Legends will always be legends. Either in any way, any soul, they will return back on this earth in a different format, on different soul. ਖੁਸ਼ੀਆਂ ਜਿਹੜੀਆਂ ਹੁੰਦੀਆਂ ਖੁਸ਼ੀਆਂ ਇਹ ਵਕਤ ਇਹ ਕਦੀ ਕਦੀ ਹੁੰਦੀਆਂ ਖੁਸ਼ੀਆਂ ਇਹ ਕੰਮ ਆ ਗਿਆ ਕੰਮ ਚੱਲਦੇ ਰਹਿ ਗਏ ਬਸ ਇੱਧਰ ਰਹਿਣੇ ਬਸ ਜ਼ਿੰਦਗੀ ਇੱਦਾਂ ਹੀ ਹੈਗੇ ਲੈਜੈਂਡਸ ਨੈਵਰ ਡਾਈ ਲਾਈਕ ਆਈ ਸੈਡ ਡਾਰਲਿੰਗ ਇਹੀ ਆ ਦ ਸੋਲ ਵਿਲ ਆਲਵੇਜ਼ ਕਮ ਬੈਕ ਲੈਜੈਂਡਸ ਵਿਲ ਨੈਵਰ ਡਾਈ ਨਾਟ 11 ਮੈਨੂੰ ਪਤਾ ਨਹੀਂ ਸੀ ਨਾਟ 11 ਹੁੰਦਾ ਕੀ ਹੈ ਪਰ ਹੁਣ ਪਤਾ ਲੱਗਾ 59-11 ਅੰਗਰੇਜ਼ੀ ਵਿੱਚ ਸੋ ਮੂਸਾ ਪਿੰਡ ਬਣੇ ਹੋਏ ਆ ਲਗਾਤਾਰ ਛੋਟੇ ਸਿੱਧੂ ਦੀ ਖੁਸ਼ੀ ਚ ਸ਼ਾਮਲ ਹੋਣ ਲਈ ਵਿਦੇਸ਼ਾਂ ਤੋਂ ਸਿੱਧੂ ਮੂਸੇਵਾਲਿਆਂ ਦੇ ਫੈਨਸ ਆ ਰਹੇ ਨੇ ਸੋ ਬਾਈ ਦੇਖੋ ਇਹ ਯੂਕੇ ਤੋਂ ਆਏ ਨੇ ਸਪੈਸ਼ਲ ਮੂਸਾ ਪਿੰਡ ਛੋਟੇ ਸਿੱਧੂ ਦੀ ਖੁਸ਼ੀ ਚ ਸ਼ਿਰਕਤ ਹੋਣ ਲਈ ਸਪੈਸ਼ਲ ਯੂਕੇ ਤੋਂ ਆਏ ਨੇ ਬਾਈ ਦਾ ਆਊਟਫਿਟ ਦੇਖੋ ਤੁਸੀਂ ਸੋ ਗੱਲਬਾਤ ਕਰਦੇ ਆ ਵਿਜੀ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਮੇਰਾ ਨਾਮ ਜੀ ਭਾਜੀ ਆਏ ਹੋ ਹਾਂਜੀ 2 ਦਿਨ ਹੋ ਗਏ 2-4 ਦਿਨ ਹੋ ਗਏ ਬਸ ਆਂਦੇ ਹਾਂਜੀ 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 ਸਿੱਧੂ ਆ ਰਿਹਾ ਕਿੰਨੀ ਕੁ ਖੁਸ਼ੀ ਹੈ ਦੇਖੋ ਜੀ ਖੁਸ਼ੀ ਬਹੁਤ ਸੀਗੀ ਅਸੀਂ ਟਾਈਮ ਕੱਢ ਕੇ ਆ ਗਏ ਹਾਂ ਜ਼ਰੂਰ ਮਿਲਣਾ ਖੁਸ਼ੀ ਦਾ ਟਾਈਮ ਸੀਗਾ ਜ਼ਰੂਰ ਮਿਲ ਕੇ ਆਉਣਾ ਅਸੀਂ ਆਪਣੇ ਦੇ ਸੇ ਲੈਜੈਂਡਸ ਨੈਵਰ ਡਾਈ ਲੈਜੈਂਡ ਵਿਲ ਨੈਵਰ ਡਾਈ ਇਟਸ ਕੰਪਲੀਟਲੀ ਰਿਗਾਰਡਲੈਸ ਵਾਟ ਹੈਪਨਸ ਲੈਜੈਂਡ ਵਿਲ ਆਲਵੇਜ਼ ਬੀ ਲੈਜੈਂਡਸ ਆਈਦਰ ਇਨ ਐਨੀ ਵੇ ਐਨੀ ਸੋਲ ਦੇ ਵਿਲ ਰਿਟਰਨ ਬੈਕ ਔਨ ਥਿਸ ਅਰਥ ਇਨ ਅ ਡਿਫਰੈਂਟ ਫਾਰਮ ਔਨ ਡਿਫਰੈਂਟ ਸੋਲ ਹਾਂਜੀ ਹਾਂਜੀ ਕਦੇ ਵੀ ਮਰਦੇ ਨਹੀਂ ਹੈਗੇ ਆਪਾਂ ਕਹਿ ਦਈਏ ਲੈਜੈਂਡਸ ਹੀ ਦੁਬਾਰਾ ਆਇਆ ਫਿਰ ਹਾਂਜੀ ਜਿਹੜੇ ਪੰਜਾਬੀ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਆ ਕੋਈ ਕਿਸੇ ਨਾ ਰੂਪ ਵਿੱਚ ਮੁੜ ਕੇ ਹਮੇਸ਼ਾ ਆਉਂਦਾ ਆ ਕੋਈ ਬਈ ਆਉਂਦਾ ਆ ਤਾਂ ਕਿ ਇਸ ਕਰਕੇ ਖੁਸ਼ੀ ਵਿੱਚ ਸੀਗੀ ਮੈਂ ਤਾਂ ਆਇਆ ਸੀ ਇੰਡੀਆ ਤੇ ਮੈਂ ਕਿ ਜਰੂਰ ਮਿਲ ਕੇ ਜਾਣਾ ਸੀਗਾ ਆ ਭਾਈ ਮੇਰੇ ਨਾਲ ਸੀਗੇ ਤੇ ਆਪਾਂ ਇਕੱਠੇ ਆਪਾਂ ਆਏ ਸੀਗੇ ਤੇ ਅਸੀਂ ਕਿ ਜਰੂਰ ਮਿਲ ਕੇ ਆਉਣਾ ਹਾਂਜੀ ਕਦੇ ਬਾਈ ਤੁਹਾਡੀ ਸਿੱਧੂ ਬਾਈ ਨਾਲ ਕਦੇ ਮੁਲਾਕਾਤ ਹੋਈ ਆ ਇੱਕ ਵਾਰੀ ਹੋਈ ਸੀ 2018 ਵਿੱਚ ਮੇਰਾ ਸ਼ੋਅ ਸੀਗਾ ਇਟਲੀ ਵਿੱਚ ਬਗਾਮੋ ਸ਼ੋਅ ਸੀਗਾ ਤੇ ਉੱਥੇ ਸ਼ੋਅ ਉੱਥੇ ਤੇ ਮੁਲਾਕਾਤ ਹੋਈ ਸੀਗੀ ਤੇ ਸਾਰੇ ਟੀਮ ਆਈ ਸੀਗੇ ਤੇ ਉੱਥੇ ਸ਼ੋਅ ਦੇਖਿਆ ਸੀਗਾ ਹਾਂਜੀ ਹਾਂਜੀ ਉੱਥੇ ਪਤਾ ਲੱਗਾ ਸੀਗਾ ਪਰ ਇਹ ਵਾਕਈ ਲੈਜੈਂਡ ਹੈ ਹਨਾ ਤੇ ਹਾਂਜੀ ਕੀ ਕਰਦੇ ਭਾਜੀ ਅੱਜ ਮੈਂ ਟਰਾਂਸਪੋਰਟ ਕਰਦਾ ਹਾਂ ਟਰਾਂਸਪੋਰਟ ਹਾਂ ਤਾਂ ਯੂਕੇ ਵਿੱਚ ਰਹਿਣਾ ਸਰ ਆਪਣਾ ਟਰਾਂਸਪੋਰਟ ਆ ਤੇ ਅੱਛਾ ਦਾ ਕੰਮ ਛੱਡ ਕੇ ਆਏ ਉੱਥੇ ਸਪੈਸ਼ਲ ਆਏ ਉੱਥੇ ਦੇਖੋ ਜੀ ਕੰਮ ਚੱਲਦੇ ਰਹਿਣੇ ਆ ਖੁਸ਼ੀਆਂ ਜਿਹੜੀਆਂ ਹੁੰਦੀਆਂ ਖੁਸ਼ੀਆਂ ਇਹ ਵਕਤ ਇਹ ਕਦੀ ਕਦੀ ਹੁੰਦੀਆਂ ਖੁਸ਼ੀਆਂ ਇਹ ਕੰਮ ਆ ਗਿਆ ਕੰਮ ਚੱਲਦੇ ਰਹਿ ਗਏ ਬਸ ਇੱਧਰ ਰਹਿਣੇ ਬਸ ਜ਼ਿੰਦਗੀ ਇੱਦਾਂ ਹੀ ਹੈਗੇ ਪਰ ਜਿਹੜੇ ਖੁਸ਼ੀ ਦਾ ਟਾਈਮ ਮੌਕਾ ਹੁੰਦਾ ਨਾ ਉਹ ਕੋਈ ਕੋਈ ਮੁੱਲ ਨਹੀਂ ਹੁੰਦਾ ਉਹ ਇਸ ਕਰਕੇ ਆ ਹਾਂਜੀ ਹਾਂਜੀ ਜਿਹੜੇ ਸਿੱਧੂ ਬਾਈ ਦੇ ਫੈਨਸ ਨੇ ਉਹਨਾਂ ਤੋਂ ਉਹਨਾਂ ਨੂੰ ਮਤਲਬ ਕਿ ਛੋਟੇ ਸਿੱਧੂ ਤੋਂ ਵੀ ਬਹੁਤ ਆਸਾਂ ਨੇ ਤੁਹਾਨੂੰ ਵੀ ਬਹੁਤ ਆਸਾਂ ਆਉਣਗੀਆਂ ਹਾਂਜੀ ਦੇਖੋ ਜੀ ਸਿੱਧੂ ਚਲੇਗਾ ਜ਼ਰੂਰ ਹਮੇਸ਼ਾ ਹੈ ਇੱਕ ਪੀੜ੍ਹੀ ਦੋ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਜਦੋਂ ਮੁੰਡਾ ਹੁੰਦਾ ਇੱਕ ਪੀੜ੍ਹੀ ਨਹੀਂ ਹੁੰਦੀ 7 ਪੀੜ੍ਹੀਆਂ ਗਾਂਹ ਹੁੰਦੀਆਂ ਹੁਣ ਠੀਕ ਹੈ ਇਹ ਜ਼ਰੂਰ ਆਊਗਾ ਮੁੜ ਕੇ ਲੈਜੈਂਡਸ ਨੈਵਰ ਡਾਈ ਲਾਈਕ ਆਈ ਸੈਡ ਡਾਰਲਿੰਗ ਇਹੀ ਆ ਦ ਸੋਲ ਵਿਲ ਆਲਵੇਜ਼ ਕਮ ਬੈਕ ਲੈਜੈਂਡਸ ਵਿਲ ਨੈਵਰ ਡਾਈ ਯਾ ਨਾਟ 11 ਜਿਹੜਾ ਟਰੈਕਟਰ ਹੈਗਾ ਉਹਦਾ ਜ਼ਿਕਰ ਅਕਸਰ ਸਿੱਧੂ ਬਾਈ ਆਪਦੇ ਗੀਤਾਂ 'ਚ ਕਰਦੇ ਰਹਿੰਦੇ ਸੀਗੇ ਸੋ ਹੁਣ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਹਿੰਦੇ ਛੋਟੇ ਸਿੱਧੂ ਦੀ ਐਂਟਰੀ ਨਾਟ 11 ਤੇ ਹੋ ਸਕਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਉਹ ਜਿਹੜਾ ਸੀਨ ਹੈਗਾ ਰੀਕ੍ਰੀਏਟ ਹੋ ਜਾਊਗਾ ਦੁਬਾਰ ਤੋਂ ਆਪਾਂ ਕਹਿ ਸਕਦੇ ਹਾਂ ਸਿੱਧੂ ਬਾਈ ਨੂੰ ਆਪਾਂ ਦੇਖ ਸਕਦੇ ਹਾਂ ਛੋਟੇ ਸਿੱਧੂ ਵਿੱਚ ਦੇਖੋ ਜੀ ਨਾਟ 11 ਮੈਨੂੰ ਪਤਾ ਨਹੀਂ ਸੀ ਨਾਟ 11 ਹੁੰਦਾ ਕੀ ਹੈ ਪਰ ਹੁਣ ਪਤਾ ਲੱਗਾ 59-11 ਅੰਗਰੇਜ਼ੀ ਵਿੱਚ ਪਤਾ ਨਹੀਂ ਸੀ ਤੇ ਪੰਜਾਬੀ ਥੋੜ੍ਹੀ ਥੋੜ੍ਹੀ ਗੜਬੜ ਮੇਰੀ ਹੈ ਨਾ ਪਰ ਫੇਰ ਵੀ ਅਸੀਂ ਪੁੱਤਰ ਵਾਲੇ ਦਾ ਮਾੜਾ ਮੋਟਾ ਪਰ ਸਿੱਧੂ ਭਾਜੀ ਨੇ ਆਹ ਬ੍ਰਾਂਡ ਲਾਤਾ ਨਾਟ 11 ਦਾ ਆਪਣੇ ਟਰੈਕਟਰ ਦਾ ਬ੍ਰਾਂਡ ਲਾਤਾ ਮੁੜ ਕੇ ਕਈ ਬ੍ਰਾਂਡ ਮੁੜ ਕੇ ਲਾਇਆ ਤੇ ਥਾਪੀ ਮੁੜ ਕੇ ਲਾਉਣ ਦੀ ਹੁਣ ਜਿਹੜਾ ਛੋਟੇ ਸ਼ੁਭਦੀਪ ਹੋਊਗਾ ਉਹ ਦੂਜਾ ਹਮੇਸ਼ਾ ਟਾਈਮ ਦੇ ਹਿਸਾਬ ਨਾਲ ਆਪਣਾ ਆਪਣਾ ਬ੍ਰਾਂਡ ਲੈ ਕੇ ਆਓਗੇ ਖਾਸੀਅਤ ਸੀ ਜਿਹੜੇ ਬਾਕੀ ਸਿੰਗਰਸ ਹੁੰਦੇ ਨੇ ਉਹ ਨਾ ਗੀਤਾਂ ਵਿੱਚ ਗੱਡੀਆਂ ਹਥਿਆਰਾਂ ਨੂੰ ਜ਼ਿਆਦਾ ਇੱਕ ਤਰ੍ਹਾਂ ਦਾ ਗਲੋਰੀਫਾਈ ਕਰਦੇ ਸੀ ਆਪਾਂ ਸਪੈਸ਼ਲੀ ਜਿਵੇਂ ਜੈਗੋਰ ਗੱਡੀ ਹੋ ਗਈ ਕੋਈ ਇਦਾਂ ਦੀ ਜਿਹੜੀ ਬ੍ਰਾਂਡਡ ਗੱਡੀਆਂ ਬਾਈ ਨੇ ਖੇਤੀਬਾੜੀ ਦੇ ਸੰਦਾਂ ਨੂੰ ਗਲੋਰੀਫਾਈ ਕੀਤਾ ਟਰੈਕਟਰਾਂ ਨੂੰ ਗਲੋਰੀਫਾਈ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਟਿੱਬਿਆਂ ਦਾ ਪੁੱਤ ਸੀਗੇ
ਟਿੱਬਿਆਂ ਦੀ ਮਾਂ ਬੋਲੀ ਹਮੇਸ਼ਾ ਰਹਿਣੀ ਆ ਇਹ, ਜੋ ਮਰਜ਼ੀ ਹੋ ਜਾਵੇ ਅਜੇ ਖੂਨ ਚ ਹੁੰਦਾ ਟਿੱਬਿਆਂ ਦਾ ਇਹ। ਜੇ ਜੋ ਜੇ ਕੋਈ ਆਪਣਾ ਨੌਜਵਾਨ ਉੱਠਦਾ ਆ ਆਪਣੀ ਜਿਹੜੀ ਧਰਤੀ ਆਪਣਾ ਸੱਭਿਆਚਾਰ ਮੁੜ ਕੇ ਲਿਆਉਣ ਦਾ ਬ੍ਰੈਂਡ ਬਣਾਉਂਦਾ ਹੈ, ਇਹ ਵੱਡੀ ਬਹੁਤ ਵੱਡੀ ਗੱਲ ਹੈ ਨਾ ਇਹ। ਹਾਂਜੀ, ਇਸ ਕਰਕੇ ਹਮੇਸ਼ਾ ਮੈਂ ਕਹਿ ਹੋਊਗਾ। ਹਾਂਜੀ ਹਾਂਜੀ ਹਾਂਜੀ। ਕਿੰਨੇ ਦਿਨ ਲਈ ਇੱਥੇ ਆਏ ਹੋਏ? ਉੱਥੇ ਅਸੀਂ 2-4 ਦਿਨ ਹੋ ਰਹੇ ਹਾਂ। ਜੇ ਆਪਣੇ ਜੇ ਕਿਸਮਤ ਚ ਰਚ ਲਿਖਿਆ ਰੱਬ ਨੇ, ਜ਼ਰੂਰ ਮਿਲ ਕੇ ਜਾਊਂਗੇ, ਜ਼ਰੂਰ ਦੇਖਣ ਦਾ ਇਹੀ ਕੋਸ਼ਿਸ਼ ਮੈਂ ਸੀਗੀ ਕੋਲ ਮਿਲ ਕੇ ਜਾਵਾਂਗੇ, ਪਰ ਮੁੜ ਕੇ ਜ਼ਰੂਰ ਆਵਾਂਗੇ ਹੈ ਨਾ। ਜੇ ਨਾ ਆਵਾਂਗੇ ਮੁੜ ਕੇ ਫਿਰ ਸਹੀ ਹੈ ਨਾ, ਫਿਰ ਅਗਲੀ ਵਾਰ ਸਹੀ। ਹਾਂਜੀ